ਜ਼ਿਲ੍ਹੇ ਕੁਝ ਕਹਿਣਾ ਚਾਹੋਗੇ? ਬੁਰਜ ਖਲੀਫਾ ਦੇਖਿਆ, ਸਵਾਦ ਆ ਗਿਆ ਬਾਈ। ਕਿੰਨਾ ਕੁ ਸਵਾਦ ਆ ਗਿਆ? ਪੂਰਾ ਸਵਾਦ ਆ ਗਿਆ, ਪੂਰਾ ਸਵਾਦ ਵਾਲੀ। ਸਾਰਿਆਂ ਨੂੰ ਕੀ ਹਾਲ ਚਾਲ ਨੇ, ਹੋਰ ਠੀਕ ਹੋ? ਅਤੇ ਬਾਈ ਸਾਡਾ ਨਵਾਂ ਵਲੌਗ ਬਣਾ ਰਿਹਾ ਵਾ, ਅਤੇ ਦੇਖਿਓ ਆਪਣੇ ਕੋਲ ਕੌਣ ਆਇਆ ਅੱਜ। ਆਪਣੇ ਕੋਲ ਆਪਣੇ ਮਿੱਤਰ ਆਏ ਹੋਏ ਆ। ਕਿੱਥੋਂ ਆਏ ਆ? ਪਿੰਡੋਂ। ਉਹਨਾਂ ਨੂੰ ਮਿਲਾਉਣਾ ਨਹੀਂ ਹੈ? ਮਿਲਾਵਾਂਗੇ ਯਾਰ। ਇਹ ਹੈਗਾ ਮੁੰਡਾ ਆਪਣਾ ਬਿੱਲਾ, ਸਹੀ ਤੋਂ, ਠੀਕ ਆ ਜੀ। ਅਤੇ ਆਹ ਮੁੰਡਾ ਆਪਣਾ ਜੋਤੀ, ਆਪਣਾ ਡੇਲੋ, ਡੇਲੋ ਤੋਂ। ਬਾਈ ਜੀ, ਇਹ ਵਲੌਗ ਸਟਾਰਟ ਕਰਵਾਇਆ ਸਪੈਸ਼ਲ ਸ਼ੈਰੀ ਬਾਈ ਤੋਂ, ਅਤੇ ਮਿੱਤਰ ਆਪਣੇ ਆਏ ਸੀਗੇ ਪੰਜਾਬ ਤੋਂ। ਤੁਸੀਂ ਫੋਟੋ ਦੇਖ ਲਈ ਹੋਣੀ ਆ ਇੰਸਟਾਗ੍ਰਾਮ 'ਤੇ। ਅਤੇ ਇਹ ਮੇਰਾ ਬਿੱਲਾ, ਇਹ ਵੀਰ ਨੂੰ ਮੈਂ ਪਹਿਲੀ ਵਾਰ ਮਿਲਿਆ। ਵੱਡਾ ਵੀਰਾ, ਸਾਰੇ ਵੀਰਾ, ਹਾਂ ਦਿੱਲੀ ਦੇ। ਹਾਏ ਬਾਬਾ ਵੀਰੇ, ਤੂੰ ਕੁਛ ਮੈਸੇਜ ਤੂੰ ਕਾਲੀ ਕੋਈ ਵੀਰੇ, ਬਸ ਜੁਆਇਨ ਜੁਆਇਨ ਕੀਤਾ, ਹੁਣ ਤੁਹਾਡੇ ਨਾਲ ਬਹੁਤ ਨਜ਼ਾਰਾ ਆਇਆ। ਅੱਛਾ ਵੀਰੇ, ਅਸੀਂ ਹੁਣ ਜਾ ਰਹੇ ਹਾਂ ਘੁੰਮੀਆਂ ਸ਼ੁੰਮੀਆਂ ਕਰਨ, ਜੋ ਪੰਜਾਬ 'ਚ ਕਹਿੰਦੇ ਆਪਾਂ, ਗੇੜੀਆਂ ਛੇੜੀਆਂ ਲਾਉਣ ਕਾਲਜ ਦੇ ਵਿੱਚ, ਸਕੂਲਾਂ ਦੇ ਵਿੱਚ। ਹੁਣ ਤੁਸੀਂ ਸਾਨੂੰ ਮਿਲੋਗੇ ਫਿਰ ਬਾਹਰ ਕਿਤੇ ਰੋਡਾਂ ਦੇ ਉੱਤੇ, ਠੀਕ ਆ? ਇਹ ਨਾਲ ਅੱਜ ਘੁੰਮਾਉਣਾ ਪੂਰੀ ਰਾਤ। ਸਵੇਰੇ ਕਿੰਨੇ ਵਜੇ ਫਲੈਟ ਆਉਂਦੇ? ਪੌਣੇ 9 ਵਜੇ। ਅੱਧੇ ਨੂੰ ਸਮਝ ਆਊ, ਅੱਧੇ ਨੂੰ ਨਹੀਂ ਆਊ ਨਾ। 8:45 ਅੱਛਾ, ਆਹ ਤਾਂ ਬੰਦਾ ਰਹਿ ਗਿਆ ਸੀ, ਇਹਨੂੰ ਦੱਸੋ ਹੁਣ ਕੀ ਕਰਨਾ। ਇਹ ਸਾਡੇ ਮੇਰੇ ਨਾਲ ਅੱਜ ਫੁੱਲ ਆਪਾਂ ਨੂੰ ਇੰਜੋਏ ਕਰਾਉਣਾ ਬਾਈ। ਹੁਣ ਮਸਾ ਆਇਆ, ਪੰਜਾਬ ਹੀ ਆ ਗਿਆ ਸਾਡੇ ਲਈ ਤਾਂ ਪੂਰਾ। ਹਾਏ ਹਾਏ, ਚਲੋ ਠੀਕ ਆ, ਮਿਲਦੇ ਫਿਰ। ਓਕੇ ਵੀਰੇ, ਵੈਲਕਮ ਬੈਕ ਟੂ ਅਗੇਨ ਦੂਬਰੋ ਚੈਨਲ। ਆਪਣੇ ਮਿੱਤਰ ਆਏ ਸੀ, ਤੁਹਾਨੂੰ ਦੱਸਿਆ ਸੀਗਾ ਪਹਿਲਾਂ, ਅਤੇ ਹੁਣ ਘੁੰਮੀਆਂ ਸ਼ੁੰਮੀਆਂ ਹੋ ਰਹੀਆਂ ਨੇ ਦੁਬਈ ਦੇ ਰੋਡਾਂ ਦੇ ਉੱਤੇ। ਮਤਲਬ ਜਿੱਥੇ ਵੀ ਕਿਹੜੀ ਵੀ ਮਰਜ਼ੀ ਕੰਟਰੀ ਚਲੇ ਜਾਓ, ਤਾਂ ਮਾਹੌਲ ਪੰਜਾਬੀ ਬਣਾਉਣਾ ਜ਼ਰੂਰੀ ਹੋ ਜਾਂਦਾ ਵਾ। ਅਗਰ ਪੰਜਾਬੀ ਮਾਹੌਲ ਨਾ ਬਣਾਓ, ਕਿਉਂ ਸ਼ੈਰੀ? ਬਿਲਕੁਲ। ਅਤੇ ਮਾਹੌਲ ਪੰਜਾਬੀ ਅਗਰ ਨਾ ਬਣਾਓ ਤਾਂ ਫਿਰ ਮਜ਼ਾ ਨਹੀਂ ਆਉਂਦਾ। 7:30 ਟਾਈਮ ਹੋ ਗਿਆ ਬਾਈ, ਉਹਨਾਂ ਦੀ ਫਲੈਟ ਹੈਗੀ ਆ ਸਵੇਰੇ 5 ਵਜੇ ਦੀ। ਲੇਕਿਨ ਅਸੀਂ ਟਾਰਗੇਟ ਲਿਆ ਫੁੱਲ ਨਾਈਟ ਨਹੀਂ, ਲੇਕਿਨ ਮੈਕਸੀਮਮ ਬਾਈ ਹੁਣਾਂ ਨੂੰ ਕਵਰ ਕਰਾਉਣਾ ਦੁਬਈ। ਅਤੇ ਤੁਸੀਂ ਦੇਖ ਸਕਦੇ ਹੋ, ਅਸੀਂ ਆਪਾਂ ਜਾ ਰਹੇ ਹਾਂ ਬਾਈ ਜੀ ਰੋਡ ਦੇ ਉੱਤੇ। ਮੈਂ ਇਹ ਕੱਟੂੰਗਾ ਜ਼ਰੂਰ ਜਿਹੜਾ ਸ਼ਹਿਰੀ ਗੱਲਾਂ। ਅਤੇ ਵਲੌਗ ਜ਼ਿਆਦਾ ਵੱਡਾ ਨਹੀਂ ਬਣਾਉਣਾ, ਛੋਟਾ ਜਿਹਾ ਵਲੌਗ ਮੈਂ ਪਾਊਂਗਾ ਲਾਜ਼ਮ, ਕਿਉਂਕਿ ਮਿੱਤਰ ਆਏ ਨੇ ਪੰਜਾਬ ਦੇ ਵਿੱਚੋਂ, ਔਰ ਉਹਨਾਂ ਨੂੰ ਇੰਟਰੋਡਿਊਸ ਕਰਾਉਣਾ, ਔਰ ਸਾਡਾ ਫਰਜ਼ ਵੀ ਬਣਦਾ ਪਿਆਰ ਮੁਹੱਬਤ ਹੈ ਨਾ ਦਿਲੋਂ। ਅਤੇ ਹੁਣ ਜਿਹੜੇ ਸਟੇਸ਼ਨ 'ਤੇ ਅਸੀਂ ਰੁਕਾਂਗੇ, ਉੱਥੋਂ ਥੋੜ੍ਹੇ ਮਤਲਬ ਸ਼ੌਰਟ ਨੂੰ ਜ਼ਰੂਰ ਦਿਖਾਵਾਂਗੇ ਵੀਰੇ। ਓਕੇ, ਚੰਗਾ ਬਾਈ ਛੋਟੇ? ਹਾਂ ਬਾਈ, ਫੋਟੋ ਖਿੱਚਣੀ ਹੈ ਯਾਰ, ਵਿਆਹ ਜਿੰਨਾ ਚਾਹ ਚੜਿਆ। ਵਿਆਹ ਜਿੰਨਾ ਸਾਨੂੰ ਰੀਅਲੀ ਸਾਨੂੰ ਵਿਆਹ ਜਿੰਨਾ ਚਾਹ ਵਾ, ਮਤਲਬ ਬਾਈ ਵਿਆਹ ਜਿੰਨਾ ਚਾਹ ਚੜਿਆ ਹੋਇਆ। ਮਤਲਬ ਪੰਜਾਬ ਤੋਂ ਮਿੱਤਰ ਆਏ ਨੇ ਨਾ, ਯਕੀਨ ਮੈਨੂੰ ਦਿਲ ਖੁਸ਼ ਆ। ਅੱਜ ਥੋੜ੍ਹਾ ਹੈਵੀ ਡੇ ਸੀਗਾ ਆਫਿਸ ਦੇ ਵਿੱਚ, ਖਤਮ ਕਰਕੇ ਮਿੱਤਰਾਂ ਨੂੰ ਸਪੈਸ਼ਲ ਮਿਲਣ ਲਈ ਆਏ ਹੋਏ। ਓਕੇ ਵੀਰੇ, ਮਿਲਦੇ ਹਾਂ ਤੁਹਾਨੂੰ ਨੈਕਸਟ ਸੈਸ਼ਨ 'ਤੇ। ਓਕੇ ਬਾਏ। ਬਈਰੇ, ਰਾਹ ਦਾ ਲਫੜਾ ਚੱਲ ਰਿਹਾ ਵੀ ਕਿੱਧਰ ਕਿੱਧਰ। ਕੋਈ ਰਾਹ ਨਹੀਂ, ਸਾਰੇ ਰਾਹ ਪਤਾ ਮੈਨੂੰ, A to Z। ਮੈਨੂੰ ਟੋਆ ਵੀ ਪਤਾ ਦੁਬਈ ਦਾ ਕਿੱਥੇ ਆ। ਟੋਆ ਹੈ ਨਹੀਂ ਗਾ ਬਈ ਰੋਡਾਂ ਤੇ, ਲੱਭ ਕੇ ਦਿਖਾ ਦਿਓ। ਆਹ ਮੁੰਡੇ ਪੰਜਾਬ ਤੋਂ ਆਇਆ ਵੀ ਟੋਆ ਲੱਭ ਕੇ ਦਿਖਾ ਦੇਣ ਰੋਡ ਦੇ ਉੱਤੇ ਇੱਕ ਵੀ। ਆਹ ਮੁੰਡੇ ਪੰਜਾਬ ਤੋਂ ਆਇਆ ਵੀਰੇ, ਦੱਸੋ ਕੀ ਤੁਸੀਂ ਨੋਟ ਕੀਤਾ? ਅੱਛਾ, ਸੜਕ ਦੇ ਉੱਤੇ, ਦੁਬਈ ਦੀ ਸੜਕ ਦੇ ਉੱਤੇ ਇੱਕ ਵੀ ਖੱਡਾ ਦਿਖਾ ਦੇਣ, ਠੀਕ ਆ? ਮੇਨ ਰੋਡ ਦੇ ਉੱਤੇ, ਹਾਈਵੇ ਦੇ ਉੱਤੇ 5 ਦਿਨ ਹੋ ਗਏ ਨਹੀਂ ਨੋਟਿਸ ਹੈਗਾ। ਕੋਈ 5 ਦਿਨ ਹੋ ਗਏ ਉਹਨਾਂ ਨੂੰ ਇੱਥੇ ਆਇਆਂ ਨੂੰ, ਕੋਈ ਹਾਰਨ ਵੀ ਨਹੀਂ ਹੈਗਾ, ਮਤਲਬ ਪੀ 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 ਲੱਗੇ ਰਹਿੰਦੇ ਨਾ, ਉਹ ਵੀ ਨਹੀਂ ਹੈਗਾ। ਅਤੇ ਬਾਕੀ ਬਿੱਲੇ ਦਾ ਫੀਡਬੈਕ ਹੈਗਾ ਯਾਰ, ਉਹ ਤੁਸੀਂ ਸੁਣ ਹੀ ਲਿਆ, ਉਹ ਮੈਂ ਤੁਹਾਨੂੰ ਦਿਖਾ ਦਾਂਗਾ, ਠੀਕ ਹੈ? ਅਤੇ ਮੋਸਟ ਵੈਲਕਮ ਯਾਰ, ਯਾਰ ਮਿੱਤਰ ਆਓ, ਇੰਜੋਏ ਕਰੋ ਦੁਬਈ ਦੇ ਵਿੱਚ, ਨੋ ਇਸ਼ੂ। ਆਪਾਂ ਬਾਈ ਆਏ ਸ਼ੇਖ ਜ਼ਾਇਦ ਰੋਡ 'ਤੇ ਬਾਈ, ਉਹਨਾਂ ਨੇ ਵੈਸੇ ਘੁੰਮ ਤਾਂ ਲਿਆ, ਟ੍ਰਿਪ ਤਾਂ ਮਾਰ ਲਿਆ, ਬੁਰਜ ਖਲੀਫਾ ਦਾ ਵੀ, ਜਮੇਰੇ ਦਾ ਵੀ, ਬਟ ਜਿਹੜੀ ਯਾਸ਼ੀ ਵਾਲਾ ਕੰਮ ਉਹ ਅਸੀਂ ਦਿਖਾਉਣ ਦਿਖਾਉਣ ਲੱਗੇ। ਯਾਸ਼ੀ ਵਾਲਾ ਇਹ ਵਾਲੇ ਰੋਡ 'ਤੇ ਬਾਈ ਜੀ, we reached here one of the hotel. I name Woko. Woko? Woko. Really Woko? Yeah, Woko. Dubai in the Woko. Okay, let's see.
ਬੁਰਜ ਖਲੀਫਾ। ਮਿੱਤਰ ਨੇ ਪਿਆਰੇ ਆਏ ਹੋਏ ਨੇ ਘੁੰਮਣ ਫਿਰਨ, ਘੁੰਮੇ ਸ਼ੁੰਮਿਆ ਕਰਨ। DuBro ਵਲੌਗ ਜਿੰਦਾਬਾਦ। ਭਾਈ ਜੀ ਅਸੀਂ ਆ ਗਏ ਹਾਂ ਮਰੀਨਾ ਵਾਕ, ਥੋੜਾ ਵਿਊ ਚੈੱਕ ਕਰੋ ਥੋੜਾ ਜਿਹਾ ਫੇਸ। ਆਪਦੀਆਂ ਜੋਬਾਂ ਕੰਪਲੀਟ ਕਰਨ ਤੋਂ ਬਾਅਦ ਜਿੰਨਾ ਕੁ ਸਾਡੇ ਕੋਲ ਟਾਈਮ ਆ, ਮੇਰੇ ਕੋਲ, ਛੋਟੇ ਭਰਾ ਕੋਲ, ਸ਼ਹਿਰੀ ਕੋਲ, ਉਹਨਾਂ ਕੁ ਟਾਈਮ ਕੱਢ ਕੇ ਅਸੀਂ ਮੈਕਸੀਮਮ ਟਰਾਈ ਕੀਤਾ ਕਿ ਕੋਈ ਆਵੇ ਤਾਂ ਅਸੀਂ ਮਤਲਬ ਕੋਈ ਨਿਰਾਸ਼ ਹੋ ਕੇ ਨਾ ਵਾਪਸ ਜਾਵੇ ਕਿ ਯਾਰ ਸਾਨੂੰ ਟਾਈਮ ਨਹੀਂ ਦਿੱਤਾ, ਸਾਨੂੰ ਘੁੰਮਣ ਨੂੰ ਟਾਈਮ ਨਹੀਂ ਮਿਲਿਆ। ਮੈਕਸੀਮਮ ਅਸੀਂ ਟਰਾਈ ਕੀਤਾ ਕਿ ਯਾਰ ਹੁਣ ਹੀ ਸਾਡੇ ਇੰਜੋਏ ਕਰ, ਓਕੇ, ਤੁਸੀਂ ਵੀ ਇੰਜੋਏ ਕਰੋ। ਕਿਵੇਂ ਲੱਗਿਆ ਮਰੀਨਾ ਵਾਕ? ਮਰੀਨਾ ਬਾਲਾ ਵਧੀਆ ਤੇ ਰਹਿਚਾ, ਵਧੀਆ ਤੇ ਬਾਲਾ ਰਹਿਚਾ, ਬਹੁਤ ਸੋਹਣੀ ਲਾਈਨ ਆ ਬਾਈ। ਮੈਂ ਕਿੰਨੇ ਟਾਈਮ ਬਾਅਦ ਆਇਆ? ਹਾਂ ਯਾਰ, ਅੱਜ ਮੈਨੂੰ ਲੱਗਦਾ ਸਾਲਾਂ ਬਾਅਦ ਹੀ ਆਇਆ ਮੈਂ। ਉਹ ਵੀ ਮਿੱਤਰ ਆਏ ਆ ਘੁਮਾ ਦੀ ਇਹਨਾਂ ਨੂੰ, ਤਾਂ ਕਰਕੇ ਇੰਨੇ ਟਾਈਮ ਬਾਅਦ ਮੈਂ ਮਰੀਨਾ ਵਾਕ ਤੇ ਆਇਆ। ਵੀਰੇ ਜੋਬਾਂ ਟਾਈਮ ਦੇਣ ਦਾ ਅਸੀਂ ਆਈਏ, ਹੋਰ ਕੀ ਆ। ਇੰਜੋਏ ਦ ਵਿਊ ਗਾਇਸ। ਦੁਬਈ ਦੀ ਪੈਨਸਲ ਬਿਲਡਿੰਗ ਦੇਖੀ ਆ, ਦੇਖੋ ਫਿਰ ਕਾਫੀ ਬਿਲਡਿੰਗਸ ਨੇ, ਲੇਕਿਨ ਵਿਜ਼ਿਟ ਕਰਨਾ ਪਊ ਤੁਹਾਨੂੰ ਦੁਬਈ ਦੇ ਵਿੱਚ ਆਉਣ ਲਈ। ਜਦੋਂ ਵਿਜ਼ਿਟ ਕਰੋਗੇ ਡੂਬਰੋ ਨੂੰ ਜ਼ਰੂਰ ਯਾਦ ਕਰਿਓ। ਵੀਰੇ ਆ ਗਿਆ ਉਹਨਾਂ ਦੇ ਹੋਟਲ ਦੇ ਵਿੱਚ, ਉਹਨਾਂ ਦਾ ਲਗੇਜ ਲੈ ਕੇ ਚੱਲਾਂਗੇ ਆਪਾਂ ਆਪਣੇ ਫਲੈਟ ਦੇ ਵਿੱਚ। ਅਤੇ ਉਹ ਯਾ ਰਹੇ ਨੇ ਮਿੱਤਰ, ਅਤੇ ਉਹ ਰਿਹਾ ਉਹਨਾਂ ਦਾ ਹੋਟਲ ਸਿਟੀ ਮੈਕਸ। ਚਲੋ ਚੱਲਦੇ ਹਾਂ ਉਹਨਾਂ ਦੇ ਰੂਮ ਦੇ ਵਿੱਚ ਵਿਜ਼ਿਟ ਕਰਦੇ ਹਾਂ। ਹੋਟਲ ਦੀ ਗੈਲਰੀ ਵਿੱਚ ਆ ਗਏ ਬਾਈ ਜੀ, ਸਿਟੀ ਮੈਕਸ। ਹੁਣ ਮਿੱਤਰਾਂ ਦੇ ਰੂਮ ਵਿੱਚ ਚੱਲੀਏ ਬਾਈ ਜੀ। ਆ ਜਾਓ ਦੁਬਈ, ਈਜ਼ੀ ਹੈ ਦੁਬਈ, ਕੋਈ ਵੱਡੀ ਕੰਟਰੀ ਨਹੀਂ, ਛੋਟੀ ਆ ਲੇਕਿਨ ਈਜ਼ੀ ਆਉਣਾ, ਇੰਜੋਏ ਕਰ ਸਕਦੇ ਹਾਂ, ਬੈਟਰ ਦੈਨ ਅਦਰ ਕੰਟਰੀਜ਼, ਓਕੇ। ਰੂਮ ਦਾ ਵਿਜ਼ਿਟ ਕਰਦੇ ਆ ਜਾਓ। ਉਹ ਜਿਹੜਾ ਬਣਾਉਂਦਾ ਵੀਡੀਓ ਉਹਨੂੰ ਬਾਹਰ ਹੀ ਲਾਓ ਕਰਤਾ। ਟੇਕ ਯੋਰ ਟਾਈਮ ਗਾਈਜ਼, ਮੁੰਡੇ ਨੂੰ ਥੋੜ੍ਹਾ ਟਾਈਮ ਦਿੱਤਾ ਪੈਕਿੰਗ ਕਰ ਲਈ, ਫਿਰ ਮਿਲਦੇ ਹਾਂ ਪੈਕਿੰਗ ਕਰਨ ਤੋਂ ਬਾਅਦ ਜਦੋਂ ਆਪਾਂ ਲੀਵ ਕਰਾਂਗੇ ਹੋਟਲ, ਓਕੇ। ਪਾਪਾ ਜੀ ਆਏ ਜੇ ਘੁੰਮਣ ਸਿਟੀ ਮੈਕਸ, ਕੋਈ ਆਉਣਾ ਚਾਹੁੰਦਾ ਵੀਰੇ ਮੈਂ ਉਹਨੂੰ ਪਹਿਲੇ ਐਡਵਾਂਸ ਵਿਜ਼ਿਟ ਕਰਵਾ ਦਿੰਦਾ ਵੀ ਉਹਨੂੰ ਕਿਹੜਾ ਰੂਮ ਮਿਲਣਾ। ਵਾਸ਼ਰੂਮ ਜਦੋਂ ਤੁਸੀਂ ਮੇਨ ਡੋਰ ਤੋਂ ਐਂਟਰ ਹੋਵੋਗੇ, ਠੀਕ ਆ, ਇੱਥੇ ਤੁਹਾਨੂੰ ਕਬਰ ਮਿਲ ਜਾਏਗੀ, ਹਲਕੀ ਜੀ ਛੋਟੀ ਜੀ ਕਬਰ ਜਿਹੜੀ ਕੋਈ ਯੂਜ਼ ਨਹੀਂ ਕਰੂਗਾ। ਟੀ ਕਾਫੀ ਪ੍ਰੋਗਰਾਮ ਹੈ ਰੱਖਿਆ ਉਹਨਾਂ ਨੇ। ਆ ਗਈ ਆ ਤਾਂ ਉਹਨੇ ਕੋਈ ਨਹੀਂ ਕਰਨਾ।
ਫੁਟੇਜ ਤੁਹਾਨੂੰ ਦਿਖਾਈ ਆ, ਇਹ ਰੂਮ ਦੀ ਆ ਸਿਟੀ ਮੈਕਸ ਦੀ, ਅਤੇ ਮੁੰਡੇ ਪੈਕ ਕਰਨ ਲੱਗੇ ਨੇ ਆਪਣਾ ਸਮਾਨ, ਇਕੱਲੇ ਰਹਿਣਗੇ, ਬੋਰ ਹੋਣਗੇ, ਸਾਡੇ ਨਾਲ ਜਾਣਗੇ, ਗਾਣਾ ਕਰਾਂਗੇ, ਇੰਜੋਏ ਕਰਾਂਗੇ, ਔਰ ਟਾਈਮ 'ਤੇ ਏਅਰਪੋਰਟ ਛੱਡਾਂਗੇ। ਬਸ ਇਹੀ ਵਲੋਗ ਸੀ, ਠੀਕ ਹੈ, ਹੁਣ ਵਲੋਗ ਦਾ ਐਂਡ ਕਰਦਾ ਵੀਰੇ, ਛੋਟਾ ਜਿਹਾ ਵਲੋਗ ਹੋਣਾ। ਥੈਂਕ ਯੂ ਸੋ ਮੱਚ ਫੋਰ DuBro ਵਲੋਗ, ਕੀਪ ਸਪੋਰਟਿੰਗ, ਸਬਸਕ੍ਰਾਈਬ, ਲਾਈਕ, ਸ਼ੇਅਰ ਐਂਡ ਕਮੈਂਟ। ਥੈਂਕ ਯੂ ਸੋ ਮੱਚ ਗਾਇਸ, ਕੀਪ ਸਪੋਰਟਿੰਗ।